ਤੁਸੀਂ ਆਪਦੀ ਜਿੱਤ ਦੇ ਬਹੁਤ ਕਰੀਬ ਹੋ ਸਕਦੇ ਹੋ ਪਰ ਹੌਸਲਾ ਨਾ ਹਾਰੋ। ਸੋ ਅੱਜ ਮੇਰੇ ਨਾਲ ਨੇ ਲਵਪ੍ਰੀਤ ਕੌਰ, ਜਿਨ੍ਹਾਂ ਦੀ ਇੱਦਾਂ ਦੀ ਕਹਾਣੀ ਹੈ ਪਰਿਵਾਰ ਦੀ ਇਹਨਾਂ ਦੀ। ਲਵਪ੍ਰੀਤ ਕੌਰ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਆਪਦਾ ਫਾਈਨਲੀ ਸਟੈਂਪਡ ਪਾਸਪੋਰਟ ਰਿਸੀਵ ਕੀਤਾ ਜੀ ਅੱਜ। ਆਓ ਜਾਣਦੇ ਹਾਂ ਲਵਪ੍ਰੀਤ ਕੌਰ ਤੋਂ ਕੀ ਇਹਨਾਂ ਦਾ ਐਕਸਪੀਰੀਅੰਸ ਰਿਹਾ, ਕੀ ਇਹਨਾਂ ਦੀ ਪ੍ਰੋਫਾਈਲ ਸੀ। ਸਤਿ ਸ਼੍ਰੀ ਅਕਾਲ ਸਭ ਨੂੰ। ਮੇਰਾ 12 ਸਾਲ ਦਾ ਸਟੱਡੀ ਗੈਪ ਸੀ, ਇੱਕ ਟੂਰਿਸਟ ਰਿਫਿਊਜ਼ਲ ਸੀ, ਬਟ UL ਦੀ ਟੀਮ ਦੀ ਹੈਲਪ ਦੇ ਨਾਲ ਮੈਂ ਅੱਜ ਆਪਣਾ ਵੀਜ਼ਾ ਪ੍ਰਾਪਤ ਕੀਤਾ। ਮੈਂ ਸਭ ਨੂੰ ਰਿਕਮੈਂਡ ਕਰਦੀ ਹਾਂ ਕਿ ਇੱਕ ਵਾਰੀ ULO ਟੀਮ ਨਾਲ ਜ਼ਰੂਰ ਕੰਟੈਕਟ ਕਰੋ ਅਤੇ ਆਪਣਾ ਵੀਜ਼ਾ ਪ੍ਰਾਪਤ ਕਰੋ। ਠੀਕ ਹੈ ਜੀ, ਅਤੇ ਭਾਅ ਜੀ ਤੁਸੀਂ ਕੀ ਕਹਿਣਾ ਚਾਹੋਗੇ ULO ਦੀ ਟੀਮ ਬਾਰੇ? ਅਸੀਂ ਜਦੋਂ ਤੋਂ ਵੀ ਇੱਥੇ ਦਫ਼ਤਰ ਦੇ ਵਿੱਚ ਆਏ ਹਾਂ, ਸਾਨੂੰ ਬੜਾ ਹੀ ਆਪਣਾ ਮਲਾਪੜਾ ਸੁਭਾਅ ਲੱਗਾ, ਸਾਨੂੰ ਆਪਣੇ ਪਰਿਵਾਰ ਵਾਂਗ ਇਹਨਾਂ ਨੇ ਡੀਲ ਕੀਤਾ ਹੈ ਅਤੇ ਸਾਨੂੰ ਬੜਾ ਵਧੀਆ ਲੱਗਾ, ਕਿਉਂਕਿ ਸਾਡਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹਰ ਸਟੈਪ ਬਾਏ ਸਟੈਪ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਡੀਲ ਕੀਤਾ ਸਾਨੂੰ, ਅਤੇ ਅੱਜ ਸਾਡਾ ਸੁਪਨਾ ਸਾਕਾਰ ਕੀਤਾ ਹੈ। ਅਤੇ ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗਾ ਕਿ ਵੀ ਇੱਕ ਵਾਰੀ ਜਿੰਨੇ ਵੀ ਫਾਈਲ ਆਪਣੀ ਕੈਨੇਡਾ ਦਾ ਸੁਪਨਾ ਸਾਕਾਰ ਕਰਨਾ ਫਾਈਲ ਆਉਣੀ, ਇੱਕ ਵਾਰੀ ਪਲੀਜ਼ ਜੁਐਲਰ ਕੋਲ ਵਿਜ਼ਿਟ ਕਰੋ ਅਤੇ ਤੁਸੀਂ ਆਪਣਾ ਸੁਪਨਾ ਸਾਕਾਰ ਕਰੋ। ਥੈਂਕ ਯੂ। ਠੀਕ ਹੈ ਜੀ, ਇਹ ਵੀ ਆਪਾਂ ਪੁੱਛ ਲਈਏ ਇਹਨਾਂ ਤੋਂ ਕਿ ਕੀ ਇਹਨਾਂ ਦੀ ਜਿਹੜਾ 12 ਸਾਲ ਦਾ ਗੈਪ ਸੀ ਇਹਦੇ ਵਿੱਚ ਕੋਈ ਫੇਕ ਡਾਕੂਮੈਂਟ ਜਾਂ ਕੁਛ ਇੱਦਾਂ ਦਾ ਕੁਛ ਲਾਇਆ ਗਿਆ? ਇਸ ਵਿੱਚ ਕੋਈ ਵੀ ਫੇਕ ਡਾਕੂਮੈਂਟ ਨਹੀਂ ਕੀਤਾ ਗਿਆ। ਠੀਕ ਹੈ ਜੀ, ਜੋ ਜੈਨੂਅਲ ਸਰਟੀਫਿਕੇਟ ਮੇਰੇ ਲਗਾਏ ਗਏ ਸੀ। ਠੀਕ ਹੈ ਜੀ, ਅੱਜ ਫਾਈਨਲੀ ਤੁਹਾਡਾ ਜਿਹੜਾ ਹੈਗਾ ਡ੍ਰੀਮ ਹੈ ਪੂਰਾ ਹੋ ਚੁੱਕਿਆ। ਠੀਕ ਹੈ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਸੋ ਜਿਹੜੇ ਵੀ ਬੱਚਿਆਂ ਦਾ 12 ਸਾਲ ਦਾ ਗੈਪ ਹੈ ਜੀ, ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ, ਆਫਿਸ ਆਓ, ਸਾਨੂੰ ਮਿਲੋ, ਫਿਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਕਿੱਦਾਂ ਐਪਲੀਕੇਸ਼ਨ ਆਪਾਂ ਕਰਦੇ ਹਾਂ, ਕੀ ਸਾਡਾ ਪ੍ਰੋਸੈਸ ਹੈ ਅਤੇ ਕੀ ਸਾਡੀ ਰੈਪੂਟੇਸ਼ਨ ਹੈ। ਸੋ ਇਹੀ ਪ੍ਰੇਮ ਅਤੇ ਇਹੀ ਜਿਹੜੀ ਸਾਨੂੰ ਇਹਨਾਂ ਤੋਂ ਇਹਨਾਂ ਦੇ ਪਰਿਵਾਰਾਂ ਤੋਂ ਨਿੱਘ ਮਿਲਦਾ, ਸਾਨੂੰ ਮੋਟੀਵੇਟ ਕਰਦਾ ਕਿ ਅਸੀਂ ਇਸ ਸੱਚ ਦੇ ਰਾਹ 'ਤੇ ਚੱਲ ਕੇ ਤੁਹਾਡੀ ਸਟੱਡੀ ਵੀਜ਼ਾ ਐਪਲੀਕੇਸ਼ਨ ਕਰਦੇ ਰਹੀਏ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ।